ਨੀਮੇ ਸਸਕੁਟਨੀ 2 ਫਿਲਮ ਦਾ ਨਵਾਂ ਪੋਸਟਰ ਆਇਆ ਸਾਹਮਣੇ। ਫਿਲਮ ਦੀ ਰਿਲੀਜ਼ ਡੇਟ ਵੀ ਕੀਤੀ ਗਈ ਰਿਵੀਲ। ਜੀ ਹਾਂ, ਨੀਮੇ ਸਸਕੁਟਨੀ 2 ਫਿਲਮ ਦੀ ਰਿਲੀਜ਼ ਡੇਟ ਰੀਸੈਂਟਲੀ ਰਿਵੀਲ ਕੀਤੀ ਗਈ ਹੈ ਤੇ ਇਹ ਫਿਲਮ ਹੁਣ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਜਲਦੀ ਹੀ ਦਸਤਕ ਦੇਵੇਗੀ। ਰੀਸੈਂਟਲੀ ਇਸ ਫਿਲਮ ਦੇ ਨਵੇਂ ਪੋਸਟਰ ਨੂੰ ਰਿਲੀਜ਼ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਪੋਸਟਰ ਦੇ ਵਿੱਚ ਅਸੀਂ ਮੈਡਮ ਨਿਰਮਲ ਕੌਰ ਰਿਸ਼ੀ, ਮੈਡਮ ਅਨੀਤਾ ਦੇਵਗਨ ਤੇ ਤਨਵੀ ਨੇਗੀ ਨੂੰ ਦੇਖ ਸਕਦੇ ਹਾਂ। ਇਸ ਪੋਸਟਰ ਨੂੰ ਰੀਸੈਂਟਲੀ ਸਾਂਝਾ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਪੋਸਟਰ ਦੇ ਵਿੱਚ ਅਸੀਂ 3 ਆਰਟਿਸਟ ਨੂੰ ਦੇਖ ਸਕਦੇ ਹਾਂ ਤੇ ਨਾਲ ਇਸ ਪੋਸਟਰ ਨੂੰ ਸਾਂਝਾ ਕੀਤਾ ਗਿਆ ਹੈ ਤਨਵੀ ਨੇਗੀ, ਅਨੀਤਾ ਦੇਵਗਨ ਤੇ ਪਦਮ ਸ਼੍ਰੀ ਮੈਡਮ ਨਿਰਮਲ ਕੌਰ ਰਿਸ਼ੀ ਜੀ ਦੇ ਵੱਲੋਂ। ਪਹਿਲੇ ਇਸ ਪੋਸਟਰ ਨੂੰ ਉਹਨਾਂ ਨੇ ਕੋਲਾਬੋਰੇਸ਼ਨ ਦੇ ਵਿੱਚ ਸਾਂਝਾ ਕੀਤਾ ਹੈ ਤੇ ਨਾਲ ਹੀ ਦਰਸ਼ਕ ਇਸ ਪੋਸਟਰ ਨੂੰ ਕਾਫੀ ਜ਼ਿਆਦਾ ਪਸੰਦ ਵੀ ਕਰ ਰਹੇ ਨੇ। ਇਸ ਪੋਸਟਰ ਨੂੰ ਵੇਖਣ ਤੋਂ ਬਾਅਦ ਲੋਕ ਫਿਲਮ ਨੂੰ ਵੇਖਣ ਲਈ ਵੀ ਕਾਫੀ ਜ਼ਿਆਦਾ ਐਕਸਾਈਟਿਡ ਨੇ ਤੇ ਆਪਣੀ ਐਕਸਾਈਟਮੈਂਟ ਕਮੈਂਟ ਏਰੀਆ ਦੇ ਵਿੱਚ ਸਾਂਝੀ ਵੀ ਕਰ ਰਹੇ ਨੇ। ਪੋਸਟਰ ਨੂੰ ਸਾਂਝਾ ਕਰਦੇ ਹੋਏ ਨੀਮੇ ਸਸਕੁਟਨੀ 2 ਫਿਲਮ ਦਾ ਗੀਤ ਪਲੇ ਕੀਤਾ ਗਿਆ ਹੈ ਨੂ ਭੂਤਨੀ, ਜਿਸ ਨੂੰ ਕਰਮਜੀਤ ਅਨਮੋਲ ਤੇ ਮੰਨਤ ਨੂਰ ਦੇ ਵੱਲੋਂ ਗਾਇਆ ਗਿਆ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਨੂ ਭੂਤਨੀ ਗੀਤ ਵੀ ਪਲੇ ਕੀਤਾ ਗਿਆ ਹੈ ਜੋ ਕਿ ਨੀਮੇ ਸਸਕੁਟਨੀ 2 ਫਿਲਮ ਦਾ ਹੀ ਹੈ। ਇਸ ਗੀਤ ਨੂੰ ਕਰਮਜੀਤ ਅਨਮੋਲ ਤੇ ਮੰਨਤ ਨੂਰ ਨੇ ਗਾਇਆ। ਨਾਲ ਹੀ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਉਣ ਵਾਲੇ ਨੇ ਕਈ ਸਾਰੇ ਮਜੇ ਹੋਏ ਕਲਾਕਾਰ। ਫਿਲਮ ਦੀ ਜਿਹੜੀ ਟੀਮ ਹੈ ਨੀਮੇ ਸਸਕੁਟਨੀ ਫਿਲਮ ਦੇ ਨਾਲ ਸੇਮ ਹੀ ਰਹਿਣ ਵਾਲੀ ਹੈ, ਜੋ ਕਿ ਸਾਨੂੰ ਨੀਮੇ ਸਸਕੁਟਨੀ ਫਿਲਮ ਦੇ ਵਿੱਚ ਵੀ ਆਰਟਿਸਟ ਨਜ਼ਰ ਆਏ ਨੇ, ਉਹੀ ਸਾਨੂੰ ਨੀਮੇ ਸਸਕੁਟਨੀ 2 ਫਿਲਮ ਦੇ ਵਿੱਚ ਵੀ ਨਜ਼ਰ ਆਉਣ ਵਾਲੇ ਨੇ। ਜੀ ਹਾਂ, ਇਸ ਫਿਲਮ ਦੇ ਵਿੱਚ ਸਾਨੂੰ ਮੇਨ ਲੀਡ ਪਲੇ ਕਰਦੇ ਹੋਏ ਅਨੀਤਾ ਦੇਵਗਨ, ਨਿਰਮਲ ਰਿਸ਼ੀ, ਤਨਵੀ ਨੇਗੀ, ਮਹਿਤਾਬ ਵਿਰਕ, ਤਨਵੀ ਨੇਗੀ, ਹਰਬੀ ਸਾਂਗਾ, ਸ਼ਵਿੰਦਰ ਮੱਲ, ਨਿਸ਼ਾ ਬਾਨੋ, ਅਕਸ਼ਿਤਾ ਸ਼ਰਮਾ, ਮਲਕੀਤ ਰਾਣੀ, ਦਿਲਨੂਰ ਕੌਰ, ਆਕਾਂਕਸ਼ਾ ਸਰੀਨ, ਰੁਪਿੰਦਰ ਰੂਪੀ, ਸੁਖਵਿੰਦਰ ਰਾਜ, ਰਵਿੰਦਰ ਮੰਡ ਤੇ ਅਮਰੀਨ ਭੁੱਲਰ ਵਰਗੇ ਕਈ ਸਾਰੇ ਆਰਟਿਸਟ ਨਜ਼ਰ ਆਉਣ ਵਾਲੇ ਨੇ। ਦੱਸ ਦਈਏ ਕਿ ਇਸ ਫਿਲਮ ਦੀ ਕਹਾਣੀ ਨੂੰ ਮੋਹਿਤ ਬਨਵੈਦ ਦੇ ਵੱਲੋਂ ਹੀ ਲਿਖਿਆ ਗਿਆ ਤੇ ਫਿਲਮ ਦੀ ਡਾਇਰੈਕਸ਼ਨ ਦਾ ਕ੍ਰੈਡਿਟ ਵੀ ਮੋਹਿਤ ਬਨਵੈਦ ਨੂੰ ਹੀ ਜਾਂਦਾ ਹੈ। ਵਿਕਰਮ ਮਹਿਰਾ, ਸਿਧਾਰਥ ਆਨੰਦ ਕੁਮਾਰ ਤੇ ਮੋਹਿਤ ਬਨਵੈਦ ਦੇ ਵੱਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਤੇ ਸਾਹਿਲ ਸ਼ਰਮਾ ਨੇ ਇਸ ਫਿਲਮ ਦੇ ਕੋ ਪ੍ਰੋਡਿਊਸਰ। 7 ਜੂਨ 2024 ਯਾਨੀ ਕਿ ਅਗਲੇ ਮਹੀਨੇ 7 ਤਰੀਕ ਨੂੰ ਫਿਲਮ ਸਿਨੇਮਾ ਘਰਾਂ ਚ ਦਸਤਕ ਦੇਣ ਵਾਲੀ ਹੈ। ਕਿੰਨੇ ਐਕਸਾਈਟਿਡ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹਨਾਂ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।